ਸਰਕਾਰੀ ਹਸਪਤਾਲਾਂ ਦੇ ਖਸਤਾ ਹਾਲਾਤਾਂ ਦੀ ਕਹਾਣੀ ਤਾਂ ਜੱਗ ਜ਼ਾਹਰ ਹੈ ਅਤੇ ਆਮ ਹੀ ਲੋਕਾਂ ਦੁਆਰਾ ਕਿਹਾ ਜਾਂਦਾ ਹੈ ਕਿ ਸਰਕਾਰੀ ਹਸਪਤਾਲਾਂ ਦਾ ਰੱਬ ਹੀ ਰਾਖਾ ਹੈ। ਪਰ ਹੁਣ ਮਰੀਜ਼ਾਂ ਨੂੰ ਇਹਨਾਂ ਹਸਪਤਾਲਾਂ ਦੇ ਵਿੱਚ ਆਪਣਾ ਇਲਾਜ ਰੱਬ ਦੀ ਛੱਤ ਯਾਨੀ ਖੁੱਲ੍ਹੇ ਆਸਮਾਨ ਹੇਠ ਕਰਵਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਜੀ ਹਾਂ, ਪੰਜਾਬ ਦੇ ਤਕਰੀਬਨ 6 ਜ਼ਿਲ੍ਹਿਆਂ ਨੂੰ ਆਪਣੀਆਂ ਸਿਹਤ ਸਹੂਲਤਾਂ ਦੇਣ ਵਾਲੇ ਫਰੀਦਕੋਟ ਦੇ ਸਰਕਾਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਦੀ ਇਹ ਹਾਲਤ ਹੈ ਕਿ ਇੱਥੇ ਮਰੀਜ਼ ਆਪਣਾ ਇਲਾਜ ਖੁੱਲ੍ਹੀ ਛੱਤ ਹੇਠ ਕਰਵਾ ਰਹੇ ਨੇ। ਹਸਪਤਾਲ ਦੇ ਬੱਚਿਆਂ ਵਾਲੇ ਵਾਰਡ ਦੇ ਇਹ ਹਾਲਾਤ ਨੇ ਕਿ ਇਸ ਅੱਤ ਦੀ ਗਰਮੀ ਵਾਲੇ ਮੌਸਮ ਵਿੱਚ ਵੀ ਪੱਖੇ ਕੰਮ ਨਹੀਂ ਕਰ ਰਹੇ ਅਤੇ ਮਰੀਜ਼ਾਂ ਨੂੰ ਗਰਮੀ ਤੋਂ ਬਚਣ ਲਈ ਖੁੱਲ੍ਹੇ ਆਸਮਾਨ ਹੇਠ ਰਾਤਾਂ ਗੁਜ਼ਾਰਨੀਆਂ ਪੈ ਰਹੀਆਂ ਨੇ। ਇਸ ਮੌਕੇ ਮੰਗਤ ਰਾਮ ਨਾਮੀ ਵਿਅਕਤੀ ਜੋ ਆਪਣੇ ਬੱਚੇ ਦੇ ਫੇਫੜਿਆਂ ਦਾ ਇਲਾਜ ਇਸ ਹਸਪਤਾਲ 'ਚ ਕਰਵਾ ਰਿਹਾ ਹੈ ਨੇ ਦੱਸਿਆ ਕਿ ਉਹ ਆਪਣੇ ਬਿਮਾਰ ਬੇਟੇ ਨੂੰ ਇੱਕ ਹਫ਼ਤੇ ਤੋਂ ਪੱਖੇ ਨਾ ਚੱਲਦੇ ਹੋਣ ਕਾਰਨ ਰਾਤ ਨੂੰ ਬਾਹਰ ਸਵਾਉਣ ਲਈ ਮਜਬੂਰ ਹੈ। ਸਰ ਜੀ, ਮੇਰਾ ਬੱਚਾ ਬਿਮਾਰ ਸੀ, ਇਹਦੇ ਫੇਫੜਿਆਂ 'ਚ ਪਾਣੀ ਸੀ ਅਤੇ ਮੈਂ ਇੱਥੇ ਫਰੀਦਕੋਟ ਦਾ ਐਡਮਿਟ ਕੀਤਾ ਲੈ ਕੇ ਮੈਡੀਕਲ ਦੇ ਵਿੱਚ, ਅਤੇ ਬੈੱਡ ਨੰਬਰ 13 ਦੇ ਉੱਤੇ ਦਾਖਲਾ ਹੈ ਅਤੇ ਉੱਪਰ ਛੱਤ ਵਾਲਾ ਪੱਖਾ ਖਰਾਬ ਹੈ। ਮੈਂ ਉਹਦੇ ਘਰੋਂ ਪੱਖਾ ਲੈ ਕੇ ਆਇਆ ਸੀ ਜੀ, ਉਹ ਇਹਨਾਂ ਨੇ ਚੱਕ ਕੇ ਸਾਰੇ ਪੱਖੇ ਲੋਕ ਕਰਤੇ ਸਫਾਈ ਸੇਵਕਾਂ ਨੇ। ਜਦੋਂ ਉਹਨਾਂ ਨੂੰ ਕਿਹਾ ਵੀ ਪੱਖੇ ਦਿਓ, ਕਹਿੰਦੇ ਕੋਈ ਪੱਖਾ ਪੁੱਖਾ ਹੈ ਨਹੀਂ ਸਾਡੇ ਕੋਲ। ਇਸ ਮਾਮਲੇ ਸੰਬੰਧੀ ਜਦੋਂ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹਨਾਂ ਇਸ ਮਾਮਲੇ ਦੀ ਜਾਂਚ ਦੇ ਹੁਕਮ ਦਿੰਦੇ ਹੋਏ ਕਾਰਵਾਈ ਕਰਨ ਲਈ ਕਿਹਾ ਹੈ। ਇਹ ਮੇਰੇ ਧਿਆਨ ਦੇ ਵਿੱਚ ਲਿਆਈ ਗਈ ਹੈ ਇਹ ਗੱਲ ਕਿ ਕੁਛ ਹੌਸਪੀਟਲ ਦੇ ਵਿੱਚ ਪੱਖੇ ਨਹੀਂ ਚੱਲ ਰਹੇ, ਮੌਸਮ ਵੀ ਬਹੁਤ ਜ਼ਿਆਦਾ ਖਰਾਬ ਹੈ, ਸਾਰਿਆਂ ਨੂੰ ਪਤਾ ਹੈ, ਅਤੇ ਪੱਖੇ ਤੋਂ ਬਗੈਰ ਤਾਂ ਕਿਸੇ ਵੀ ਮਰੀਜ਼ ਦਾ ਰਹਿਣਾ ਜਾਂ ਕਿਸੇ ਵੀ ਜਿਹੜਾ ਨਾ ਵੀ ਮਰੀਜ਼ ਹੋਵੇ ਉਹਦਾ ਵੀ ਰਹਿਣਾ ਬਹੁਤ ਮੁਸ਼ਕਿਲ ਹੈ। ਸੋ ਇਹ ਗੱਲ ਮੇਰੇ ਧਿਆਨ ਦੇ ਵਿੱਚ ਲਿਆਈ ਗਈ ਹੈ। ਮੈਂ ਇਹ ਮਾਮਲਾ ਸਾਰਾ ਮੈਡੀਕਲ ਸੁਪਰਿੰਟੈਂਡੈਂਟ ਨਾਲ ਵੀ ਡਿਸਕਸ ਕੀਤਾ ਹੈਗਾ, ਔਰ ਸਾਡਾ ਜਿਹੜਾ ਮੇਨਟੇਨੈਂਸ ਵਾਲਾ ਵਿਭਾਗ ਹੈਗਾ ਜਿੱਥੋਂ ਜਿਹਨਾਂ ਨੇ ਕਿ ਜ਼ਿੰਮੇਵਾਰੀ ਹੈ ਇਹਨਾਂ ਨੂੰ ਠੀਕ ਕਰਵਾਉਣ ਦੀ, ਉਹਨਾਂ ਨੂੰ ਇਸ ਚੀਜ਼ ਦੇ ਉੱਤੇ ਕੰਮ ਦੇ ਉੱਤੇ ਤੈਨਾਤ ਕਰ ਦਿੱਤਾ ਗਿਆ, ਔਰ ਉਹ ਪੱਖੇ ਜਿੱਥੇ ਵੀ ਹੈਗੇ ਨੇ ਉਹ ਠੀਕ ਕਰਾਵਾਂਗੇ ਅਸੀਂ। ਬਾਕੀ ਹੌਸਪੀਟਲ ਦੇ ਵੀ ਪੱਖੇ ਸਾਰੇ ਚੈੱਕ ਕਰਵਾਵਾਂਗੇ, ਜਿੱਥੇ ਵੀ ਕੋਈ ਮਰੀਜ਼ ਦੇ ਏਰੀਆ ਦੇ ਵਿੱਚ ਪੱਖਾ ਨਹੀਂ ਚੱਲਦਾ ਉਹ ਛੇਤੀ ਤੋਂ ਛੇਤੀ ਠੀਕ ਕਰਾਵਾਂਗੇ। ਤੁਸੀਂ ਇਹ ਸਾਰੀ ਕਹਾਣੀ ਦੇਖ ਅਤੇ ਸੁਣ ਹੀ ਲਈ ਹੈ ਅਤੇ ਸਰਕਾਰੀ ਹਸਪਤਾਲਾਂ ਦੇ ਇਹਨਾਂ ਹਾਲਾਤਾਂ ਦਾ ਅੰਦਾਜ਼ਾ ਵੀ ਸਹਿਜੇ ਹੀ ਲਾ ਸਕਦੇ ਹੋ। ਸਰਕਾਰ ਦੁਆਰਾ ਸਰਕਾਰੀ ਹਸਪਤਾਲਾਂ ਪ੍ਰਤੀ ਅਪਣਾਈ ਇਸ ਬੇਰੁਖੀ ਦਾ ਨੁਕਸਾਨ ਗਰੀਬ ਵਰਗ ਨੂੰ ਵੱਡੇ ਪੱਧਰ 'ਤੇ ਚੁੱਕਣਾ ਪੈ ਰਿਹਾ ਹੈ। ਸਰਕਾਰ ਨੂੰ ਚਾਹੀਦਾ ਕਿ ਇਹਨਾਂ ਹਸਪਤਾਲਾਂ ਵੱਲ ਵਿਸ਼ੇਸ਼ ਧਿਆਨ ਦੇਵੇ ਤਾਂ ਜੋ ਗਰੀਬ ਵਿਅਕਤੀ ਨੂੰ ਇਲਾਜ ਕਰਵਾਉਣ 'ਚ ਕੋਈ ਦਿੱਕਤ ਨਾ ਆਵੇ। ਫਰੀਦਕੋਟ ਤੋਂ ਗੁਰਜੀਤ ਰੋਮਾਣਾ ਦੀ ਰਿਪੋਰਟ, D5 ਚੈਨਲ ਪੰਜਾਬੀ।